ਅਤੇ ਇਹ ਐੱਲ ਡੀ ਆਰ ਹੈ, ਇਸ ਦੇ ਪੈਰਲਲ ਦੇ ਵਿੱਚ ਅਸੀਂ ਨਾ ਓ ਮੀਟਰ ਨੂੰ ਲਗਾਇਆ ਹੋਇਆ ਹੈ। ਇਹ ਦੇਖੋ ਮਲਟੀਮੀਟਰ ਨੂੰ ਅਸੀਂ ਓ ਮੀਟਰ ਦੇ ਤੌਰ 'ਤੇ ਵਰਤ ਰਹੇ ਹਾਂ ਅਤੇ ਇਸ ਵੇਲੇ ਨਾ ਅਸੀਂ ਲਾਈਟ ਬੰਦ ਕੀਤੀ ਹੋਈ ਹੈ ਅਤੇ ਦੇਖੋ ਰਜਿਸਟੈਂਸ ਹੈ ਜਿਹੜੀ ਬਹੁਤ ਹਾਈ ਰਜਿਸਟੈਂਸ ਸ਼ੋਅ ਕਰ ਰਿਹਾ, ਲਗਭਗ ਇਨਫਿਨਿਟੀ ਰਜਿਸਟੈਂਸ ਦੱਸ ਰਿਹਾ ਹੈ। 20 ਕਿਲੋ ਓਮ ਦੇ ਉੱਤੇ ਅਸੀਂ ਮਲਟੀਮੀਟਰ ਨੂੰ ਸੈੱਟ ਕੀਤਾ ਹੋਇਆ, ਮਤਲਬ ਓਮ ਮੀਟਰ ਦੇ ਉੱਤੇ 20 ਕਿਲੋ ਓਮ, ਲੇਕਿਨ ਮਤਲਬ ਬੜੀ ਹਾਈ ਰਜਿਸਟੈਂਸ ਦੱਸ ਰਿਹਾ ਹੈ। ਹਨੇਰੇ ਦੇ ਵਿੱਚ ਐੱਲ ਈ ਡੀ ਹੈ, ਇਹਦੀ ਇਸ ਦੀ ਰਜਿਸਟੈਂਸ ਬਹੁਤ ਜ਼ਿਆਦਾ ਹੁੰਦੀ ਹੈ। ਜਿਵੇਂ ਹੀ ਇਸ 'ਤੇ ਲਾਈਟ ਪੈਂਦੀ ਹੈ ਤਾਂ ਇਸ ਦੀ ਰਜਿਸਟੈਂਸ ਘੱਟ ਹੋ ਜਾਂਦੀ ਹੈ। ਹੁਣ ਜਿਵੇਂ ਹੀ ਅਸੀਂ ਬਲਬ ਔਨ ਕਰਾਂਗੇ, ਇਹ ਦੇਖੋ ਅਸੀਂ ਲੈਂਪ ਔਨ ਕੀਤਾ ਹੈ ਅਤੇ ਓਮ ਮੀਟਰ ਦੇ ਉੱਤੇ ਅਸੀਂ ਦੇਖ ਸਕਦੇ ਹਾਂ ਕਿ ਇਹ ਦੇਖੋ ਰਜਿਸਟੈਂਸ ਹੈ ਜਿਹੜੀ ਬਿਲਕੁਲ 13.2 ਦੇ ਕਰੀਬ, ਲਗਭਗ ਕਿਲੋ ਓਮ ਦੇ ਕਰੀਬ। ਜਿਵੇਂ ਜਿਵੇਂ ਅਸੀਂ ਇਸ ਨੂੰ ਹੋਰ ਮੰਨ ਲਓ ਲਾਈਟ ਦੇ ਨੇੜੇ ਲਿਜਾਵਾਂਗੇ ਤਾਂ ਰਜਿਸਟੈਂਸ ਹੋਰ ਜ਼ਿਆਦਾ ਘੱਟ ਜਾਏਗੀ। ਤੁਸੀਂ ਦੇਖੋ ਇਹ ਦੇਖੋ ਬਿਲਕੁਲ ਲਾਈਟ ਦੇ ਨੇੜੇ ਲਿਜਾਵਾਂਗੇ ਅਤੇ ਲਗਭਗ ਮਤਲਬ 1 ਕਿਲੋ ਓਮ ਦੇ ਕਰੀਬ ਰਜਿਸਟੈਂਸ ਦੱਸ ਰਿਹਾ ਜਿਉਂ ਪਿੱਛੇ, ਠੀਕ ਹੈ ਨਾ। ਅਤੇ ਜਿਸ ਤਰ੍ਹਾਂ ਅਸੀਂ ਇਹ ਦੇਖੋ ਲਾਈਟ ਤੋਂ ਥੋੜ੍ਹਾ ਦੂਰ ਜਾਂਦੇ ਹਾਂ, ਰੋਸ਼ਨੀ ਇਹਦਾ ਮਤਲਬ ਘੱਟ ਪਏਗੀ ਅਤੇ ਉਹ ਰਜਿਸਟੈਂਸ ਥੋੜ੍ਹੀ ਜਿਹੀ ਵੱਧ ਰਹੇਗੀ। ਥੈਂਕ ਯੂ ਥੈਂਕ ਯੂ।